जी ਵੀਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਧੂਰੀ ਕਾਰ ਬਾਜ਼ਾਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਅਲਟੋ K10 2011 ਬਿਲਕੁਲ ਨਵੀਂ ਕੋਰ ਕਾਰ ਹੈ ਜੀ ਲਾਈਕ ਸ਼ੋਰੂਮ ਕੰਡੀਸ਼ਨ ਕਾਰ ਹੈ ਜੀ ਪੂਰੀ ਬਾਕੀ ਵੀਡੀਓ 'ਚ ਵੀਰੇ ਸਾਰੀ ਡਿਟੇਲ ਤੁਹਾਨੂੰ ਦਿਖਾ ਦੇਵਾਂਗੇ ਹੋਰ ਜੇ ਵੀਰ ਕੋਈ ਘੱਟ ਚੱਲੀ ਹੋਈ ਗੱਡੀ ਸ਼ੋਰੂਮ ਕੰਡੀਸ਼ਨ ਕਾਰ ਬਿਲਕੁਲ ਓਰੀਜਨਲ ਕਾਰ ਲੈਣਾ ਚਾਹੁੰਦਾ ਤਾਂ ਆਪਣੇ ਧੂਰੀ ਕਾਰ ਬਾਜ਼ਾਰ 'ਚ ਸੰਪਰਕ ਕਰ ਸਕਦਾ ਨੰਬਰ ਡਿਸਪਲੇ 'ਤੇ ਆਪਣੇ ਚੱਲ ਰਹੇ ਨੇ ਲਓ ਜੀ ਵੀਰੇ ਆਪਾਂ ਕਰਦੇ ਹਾਂ ਹੁਣ ਗੱਡੀ ਦੀ ਗੱਲ ਇਹ ਹੈ ਜੀ 2011 ਮਾਡਲ ਅਲਟੋ K10 ਬਿਲਕੁਲ ਨਵੀਂ ਕੋਰ ਸ਼ੋਰੂਮ ਕੰਡੀਸ਼ਨ ਕਾਰ ਆ ਜੀ ਦੇਖ ਸਕਦੇ ਹੋ ਤੁਸੀਂ ਟਾਇਰ ਚਾਰੇ ਮਿਚਲਨ ਦੇ ਨਵੇਂ ਨੇ ਜੀ ਗੱਡੀ ਦੇ ਤਕਰੀਬਨ 80-90% ਟਾਇਰ ਨੇ ਜੀ ਮੀਟਰ ਦੀ ਓਰੀਜਨਲ 82,000 ਚੱਲੀ ਹੋਈ ਕਾਰ ਆ ਜੀ ਇੰਟੀਰੀਅਰ ਵਗੈਰਾ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਬਿਲਕੁਲ ਨਵਾਂ ਕੋਰ ਆ ਜੀ ਬਿਲਕੁਲ ਨਵਾਂ ਕੋਰ ਰਾਈਟ ਸਾਈਡ 'ਤੇ ਕੋਈ ਸਕਰੈਚ ਨਹੀਂ ਕੋਈ ਝਰੀਟ ਨਹੀਂ ਕਿਤੇ ਪਾਸੇ ਵੀ ਟਾਇਰ ਮਿਚਲਨ ਦੇ ਨੇ ਜੀ ਬਾਕੀ ਇਹ ਡੱਗੀ ਓਰੀਜਨਲ ਆ ਜੀ ਬੂਟ ਫਲੋਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਪਿਆ ਜੀ ਦੇਖ ਲਓ ਕੋਈ ਸਕਰੈਚ ਨਹੀਂ ਹੈਗਾ ਬੂਟ ਫਲੋਰ 'ਤੇ ਬਿਲਕੁਲ ਵੀ ਦੇਖ ਸਕਦੇ ਤੁਸੀਂ ਬੋਡੀ ਕਵਰ ਵਗੈਰਾ ਨਾਲ ਹੀ ਹੈ ਗੱਡੀ ਦੇ ਸਾਂਭੀ ਹੋਈ ਕਾਰ ਆ ਜੀ ਤਾਂ ਕਰਕੇ ਬੋਡੀ ਕਵਰ ਵੀ ਨਾਲ ਹੀ ਹੈ ਜੀ ਲੈਫਟ ਸਾਈਡ 'ਤੇ ਆਪਾਂ ਆਵਾਂਗੇ ਦੇਖ ਸਕਦੇ ਹੋ ਤੁਸੀਂ ਓਰੀਜਨਲ ਹੀ ਹੈ ਜੀ ਦੇਖ ਸਕਦੇ ਹੋ ਕੋਈ ਸਕਰੈਚ ਨਹੀਂ ਹੈਗਾ ਇੱਕ ਫੈਂਡਰ 'ਤੇ ਥੋੜ੍ਹੀ ਟੱਚਿੰਗ ਆ ਕਨੈਕਟਰ ਸਾਈਡ 'ਤੇ ਥੋੜ੍ਹੀ ਹਲਕੀ ਫੁਲਕੀ ਜਿਹੀ ਟੱਚਿੰਗ ਆ ਕੋਈ ਜਜਮੈਂਟ ਨਹੀਂ ਹੁੰਦੀ ਪਰ ਥੋੜ੍ਹੀ ਟੱਚਿੰਗ ਹੈਗੀ ਹੈ ਦੇਖ ਸਕਦੇ ਆਪਣਾ ਵਗੈਰਾ ਬਿਲਕੁਲ ਨਵੇਂ ਜਿਵੇਂ 2017-18 ਮਾਡਲ ਕਾਰ ਹੁੰਦੀ ਆ ਉਸ ਤਰੀਕੇ ਦੀ ਕੰਡੀਸ਼ਨ ਆ ਕਾਰ ਦੀ ਬਿਲਕੁਲ ਦੇਖ ਸਕਦੇ ਹੋ ਬਿਲਕੁਲ ਨਵੀਂ ਕੋਰ ਆ ਜੀ ਬਾਕੀ ਵੀਰੇ ਇੰਜਨ ਦੀ ਨਵੀਂ ਕੋਰ ਕਾਰ ਆ ਜੀ ਸਰਵਿਸ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਸਰਵਿਸ ਵੀ ਏਜੰਸੀ 'ਚੋਂ ਹੋਣੀ ਹੋਈ ਹੈ ਗੱਡੀ ਦੀ ਬਾਕੀ ਆਪਾਂ ਰੇਟ ਦੀ ਗੱਲ ਕਰੀਏ ਜੀ ਇਸ ਗੱਡੀ ਦਾ ਰੇਟ ਹੈ ਜੀ 2,30,000 ਰੁਪਇਆ ਕੋਈ ਘੱਟ ਵੱਧ ਨਹੀਂ ਫਿਕਸ ਪ੍ਰਾਈਜ਼ ਹੈ ਜੀ ਫੁੱਲ ਇੰਸ਼ੋਰੈਂਸ ਆ ਗੱਡੀ ਪੋਲਿਊਸ਼ਨ ਵਗੈਰਾ ਸਾਰਾ ਕੁਛ ਹੈਗਾ ਫਸਟ ਉਹਨਾਂ ਨੂੰ ਕਾਰ ਹੈ ਜੀ ਸਰਵਿਸਾਂ ਸਾਰੀ ਏਜੰਸੀਜ਼ ਨੇ ਕੋਈ ਵਾਰੂ ਨਹੀਂ ਹੈ ਗੱਡੀ ਦੀ ਬਾਕੀ ਜੇ ਵੀਰੇ ਵੀਡੀਓ ਵਧੀਆ ਲੱਗੀ ਹੈ ਤਾਂ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਮਿਲਦੇ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ